ਅੱਜ ਸਮਰਾਲਾ ਵਿੱਚ ਨੌਜਵਾਨਾਂ ਵੱਲੋਂ ਲਾਡੀ ਗਰੇਵਾਲ ਦੀ ਅਗਵਾਈ ਵਿੱਚ ਰੋਸ ਰੈਲੀ ਕੱਢੀ ਗਈ, ਜਿਸ ਵਿੱਚ SDSL ਕਲੱਬ ਦੇ ਨੌਜਵਾਨਾਂ ਨੇ ਸਹਿਯੋਗ ਦਿੱਤਾ। ਇਹ ਰੈਲੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਨੌਜਵਾਨਾਂ ਉੱਪਰ ਝੂਠੇ ਪਰਚੇ ਦਾ ਵਿਰੋਧ ਵਿੱਚ ਕੱਢੀ ਗਈ। ਨਾਲ ਹੀ ਦੀਪ ਸਿੱਧੂ ਨੂੰ ਰਿਹਾ ਕਰਨ ਦੀ ਵੀ ਗੱਲ ਆਖੀ ਗਈ। ਨੌਜਵਾਨਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਦੇਖੋ, ਇਹ ਨੌਜਵਾਨਾਂ ਨੇ ਜਿਹੜਾ ਰੋਸ ਮਾਰਚ ਕੀਤਾ, ਬੜੀ ਚੜ੍ਹਦੀ ਕਲਾ ਵਾਲਾ ਰੋਸ ਮਾਰਚ ਰਿਹਾ, ਬੇਹਤਾਸ਼ਾ ਵਿੱਚ ਇਕੱਠ ਹੋਇਆ। ਇਹ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਕਰਾਉਣ ਵਾਸਤੇ ਹੈ। ਇੱਕ ਜਿਹੜੇ ਸਾਡੇ ਨੌਜਵਾਨ ਦੀਪ ਸਿੱਧੂ ਸਮੇਤ ਲਗਭਗ 100 ਦੇ ਲਗਭਗ ਨੌਜਵਾਨ ਬੀਬੀਆਂ ਬੱਚੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ, ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਹੈ। ਔਰ ਇਹ ਰੋਸ ਮਾਰ ਜਦ ਤੱਕ ਚੱਲਦੇ ਰਹਿਣਗੇ ਜਦ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ, ਔਰ ਜਿਹੜੇ ਸਾਡੇ ਜੇਲ੍ਹਾਂ ਵਿੱਚ ਨੌਜਵਾਨ ਨੇ ਉਹ ਰਿਹਾ ਨਹੀਂ ਹੋ ਜਾਂਦੇ। ਆਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ? ਨੌਜਵਾਨਾਂ ਨੂੰ ਇਹੀ ਸੁਨੇਹਾ ਦੇ ਰਹੇ ਹਾਂ ਜੀ ਕਿ ਜਿਹੜਾ ਮੋਰਚਾ ਦਿੱਲੀ ਲੱਗਿਆ ਹੋਇਆ ਉਹਦਾ ਹਿੱਸਾ ਬਣੋ ਜਾ ਕੇ, ਕਿਉਂਕਿ 26 ਜਨਵਰੀ ਤੋਂ ਬਾਅਦ ਨੌਜਵਾਨ ਥੋੜ੍ਹਾ ਜਿਹਾ ਨਿਰਾਸ਼ ਹੋ ਗਿਆ ਸੀ, ਮੋਰਚੇ ਤੋਂ ਪਿੱਛੇ ਹਟ ਗਿਆ ਸੀ। ਉਹ ਹਟਣਾ ਵੀ ਬਣਦਾ ਸੀ ਕਿਉਂਕਿ ਦੀਪ ਸਿੱਧੂ ਨੂੰ ਪੁਲਿਸ ਨੇ ਫੜ ਕੇ ਜੇਲ੍ਹ ਚੜਕਤਾ ਅਤੇ ਲੱਖੇ ਸਿਧਾਣੇ ਨੂੰ ਅੰਡਰਗਰਾਊਂਡ ਹੋਣਾ ਪੈ ਗਿਆ। ਇਹ ਨੌਜਵਾਨਾਂ ਨੂੰ ਦੁਬਾਰਾ ਲਾਮਬੰਦ ਕਰ ਰਹੇ ਹਾਂ ਪੰਜਾਬ 'ਚ ਕਿ ਉਸੇ ਤਰ੍ਹਾਂ ਜਿਸ ਤਰ੍ਹਾਂ 26 ਜਨਵਰੀ ਨੂੰ ਤੋਂ ਪਹਿਲਾਂ ਤੁਸੀਂ ਮੋਰਚੇ ਦਾ ਹਿੱਸਾ ਬਣੇ ਹੋਏ ਸੀ, ਹੁਣ ਉਸੇ ਤਰ੍ਹਾਂ ਫਿਰ ਜਾ ਕੇ ਆਪਾਂ ਮੋਰਚੇ ਦਾ ਹਿੱਸਾ ਬਣੀਏ ਔਰ ਇਹ ਮੋਰਚਾ ਆਪਾਂ ਜਿੱਤੀਏ। ਅੱਜ ਦਾ ਅਸੀਂ ਇਕੱਠ ਜਿਹੜੇ ਸਾਡੇ ਨੌਜਵਾਨਾਂ 'ਤੇ ਝੂਠੇ ਪਰਚੇ ਦਰਜ ਕੀਤੇ ਨੇ ਉਸ ਸੰਬੰਧੀ ਰੋਸ ਮਾਰਚ ਕੱਢੇ ਆ ਜੀ। ਅਸੀਂ ਚਾਹੁੰਦੇ ਹਾਂ ਜਿਹੜੇ ਵੀ ਝੂਠੇ ਪਰਚੇ ਦਿੱਤੇ ਗਏ ਨੇ ਉਹ ਰੱਦ ਕੀਤੇ ਜਾਣ ਅਤੇ ਜੋ ਵੀ ਸਾਡੇ ਕਿਸਾਨ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜੇਕਰ ਹਜੇ ਵੀ ਸਰਕਾਰ ਸਾਡੀ ਨਹੀਂ ਸੁਣੂਗੀ ਤਾਂ ਅਸੀਂ ਇੱਦੋਂ ਵੀ ਤਿੱਖਾ ਰੋਸ ਮਾਰਚ ਕੱਢ ਕੇ ਦਿਖਾਵਾਂਗੇ। ਸੈਂਟਰ ਸਰਕਾਰ ਨੂੰ ਪਤਾ ਲੱਗ ਜੂ ਵੀ ਪੰਜਾਬ ਦੇ ਨੌਜਵਾਨ ਕੀ ਹੁੰਦੇ ਨੇ। ਜਿਹੜਾ ਸਾਡੇ ਨਾਲ ਇੰਨਾ ਇਕੱਠ ਜੁੜਿਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਨਾਲੇ ਜਥੇਬੰਦੀਆਂ ਦੀ ਰਿਹਾਈ ਵਾਸਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਉਹ ਨਾ ਮੰਨੇ ਤਾਂ ਅਸੀਂ ਰੋਸ ਇੱਦੋਂ ਵੀ 4 ਗੁਣਾ ਤਿੱਖਾ ਕਰਾਂਗੇ। ਅਸੀਂ ਚਾਹੁੰਦੇ ਹਾਂ ਵੀ ਕਿਸਾਨ ਸਾਡੇ ਜਿੱਤ ਕੇ ਚੜ੍ਹਦੀ ਕਲਾ 'ਚ ਵਾਪਸ ਆਉਣ ਅਤੇ ਜਲਦੀ ਤੋਂ ਜਲਦੀ ਕਾਨੂੰਨ ਰੱਦ ਕੀਤੇ ਜਾਣ। ਬਹੁਤ ਬਹੁਤ ਧੰਨਵਾਦ, ਧੰਨਵਾਦ ਪੱਤਰਕਾਰ ਵੀਰਾਂ ਦਾ ਜਿਹੜਾ ਸਾਡਾ ਸਹਿਯੋਗ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਡੇ ਨੌਜਵਾਨ ਵੀਰ ਸਾਡੇ ਨਾਲ ਇਕੱਠੇ ਹੋਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਦੀਪ ਸਿੱਧੂ ਅਤੇ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਅਤੇ ਜਿਹੜੇ ਸਾਡੇ ਆਪਣੇ ਨੌਜਵਾਨ ਜੇਲ੍ਹ ਦੇ ਵਿੱਚ ਬੰਦ ਆ ਜੋ ਵੀ ਹੈਗੇ ਨੇ ਔਰ ਸਾਡੀਆਂ ਭੈਣਾਂ ਵੀ ਬੰਦ ਆ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਸਮਰਾਲੇ ਦੇ ਵਿੱਚ ਰੈਲੀ ਕੱਢੀ ਆ, ਰੋਸ ਮਾਰਚ ਕੱਢਿਆ ਵਾ ਅਤੇ ਅਸੀਂ ਇਹ ਲੜਾਈ ਜਾਰੀ ਰੱਖਾਂਗੇ। ਜੇ ਸਾਡੇ ਬੰਦੇ ਨਹੀਂ ਜੇਲ੍ਹਾਂ 'ਚੋਂ ਛੱਡਦੇ ਜਾਂ ਨਹੀਂ ਉਹ ਕੋਈ ਬੇਲ ਨਹੀਂ ਕਰਾਉਂਦੇ ਹੈਗੇ ਤਾਂ ਅਸੀਂ ਇਹ ਸੰਘਰਸ਼ ਹੋਰ ਤੇਜ਼ ਕਰਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਵੀ ਜਲਦੀ ਤੋਂ ਜਲਦੀ ਆਪਣੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਅਸੀਂ ਸਮੂਹ ਆਪਣੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਡਾ ਭਰਮਾ ਹੰਗਾਰਾ ਦਿੱਤਾ, ਇਕੱਠ ਬਹੁਤ ਸਾਨੂੰ ਯਾਨੀ ਉਮੀਦ ਤੋਂ ਵੱਧ ਇਕੱਠ ਹੋ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਇਹ ਠਾਠਾ ਮਾਰ ਦੀ ਰੋਸ ਰੈਲੀ ਆ ਇਹ ਲਾਡੀ ਗਹਿਲਿਆਲ ਦੀ ਪ੍ਰਧਾਨਗੀ ਹੇਠ ਹੋਈ ਹੈ ਅਤੇ SDS ਕਲੱਬ ਸਮਰਾਲਾ ਦੇ ਸਹਿਯੋਗ ਦੇ ਨਾਲ ਅਸੀਂ ਮੋਦੀ ਸਰਕਾਰ ਨੇ ਜੋ 200 ਦੇ ਕਰੀਬ ਕਿਸਾਨ ਝੂਠੇ ਅਰੈਸਟ ਕੀਤੇ ਨੇ ਉਹਨਾਂ 'ਤੇ ਝੂਠੇ ਪਰਚੇ ਦਿੱਤੇ ਨੇ, ਅਸੀਂ ਇਹ ਅਪੀਲ ਕਰਦੇ ਹਾਂ ਵੀ ਇਹ ਪਰਚੇ ਰੱਦ ਕੀਤੇ ਜਾਣ ਅਤੇ ਦੀਪ ਸਿੱਧੂ ਨੂੰ ਰਿਹਾਅ ਕੀਤਾ ਜਾਵੇ। ਜੇ ਮੋਦੀ ਸਰਕਾਰ ਫਿਰ ਵੀ ਇਹ ਪਰਚੇ ਰੱਦ ਨਹੀਂ ਕਰਦੀ, ਦੀਪ ਸਿੱਧੂ ਨੂੰ ਰਿਹਾਅ ਨਹੀਂ ਕਰਦੀ ਹੈਗੀ, ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਅਤੇ ਦਿੱਲੀ ਜਾ ਕੇ ਹੋਰ ਜ਼ਿਆਦਾ ਮੋਦੀ ਸਰਕਾਰ ਦੀਆਂ ਕੋਟਲੀਆਂ ਲਵਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ ਅਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜ਼ਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਵੇਂ ਮਰਦਾਨਾ ਕਮਜ਼ੋਰੀ, ਅੰਤਰੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਅਰੂਬਰੂ ਹੈ ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀਰ ਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ,
इस दा कोई भी साइड इफेक्ट नहीं है। तुसी वधेरे जानकारी लई संपर्क कर सकते हो 94784 84087।